ਸਵਾਗਤ ਹੈ ਜੀ ਤੁਹਾਡਾ ਸੈਗਮੈਂਟ ਨਿਊਜ਼ ਅਨਲਿਸਿਸ ਦੇ ਵਿੱਚ ਪੰਜਾਬ ਦਾ ਚੋਣ ਪ੍ਰਚਾਰ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਅਤੇ ਕੁਝ ਨਵੇਂ ਸਰਵੇ ਸਾਹਮਣੇ ਆ ਰਹੇ ਨੇ ਅੱਜ ਅਸੀਂ ਗੱਲਬਾਤ ਕਰਾਂਗੇ ਚੋਣ ਪ੍ਰਚਾਰ ਸਰਵੇ ਦੋਸ਼ ਲਾਜ਼ੀ ਅਤੇ ਰਾਜਨੀਤੀ ਬਾਰੇ ਤੇ ਸਾਡੇ ਨਾਲ ਹਾਜ਼ਰ ਨੇ ਸਾਡੇ ਨਿਊਜ਼ ਵਿਸ਼ਲੇਸ਼ਕ ਡਾਕਟਰ ਪਿਰਥੀਪਾਲ ਸੋਹੀ ਸਵਾਗਤ ਹੈ ਜੀ ਤੁਹਾਡਾ ਜੀ ਆਇਆਂ ਨੂੰ ਡਾਕਟਰ ਸਾਹਿਬ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਵਿੱਚ ਚੋਣ ਪ੍ਰਚਾਰ ਕਾਫੀ ਜ਼ੋਰਾਂ ਸ਼ੋਰਾਂ ਤੇ ਆ ਹੁਣ ਅਤੇ ਆਮ ਆਦਮੀ ਪਾਰਟੀ ਦੇ ਉੱਤੇ ਦੋਸ਼ ਲਾਇਆ ਜਾ ਰਿਹਾ ਹੈ ਅਮ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਤੇ ਕਾਂਗਰਸ ਵੱਲੋਂ ਕੇ ਉਹ ਅਤਵਾਦੀਆਂ ਨਾਲ ਮਿਲੇ ਹੋਏ ਨੇ ਤੁਸੀਂ ਇਸ ਬਾਰੇ ਕੀ ਕਹੋਗੇ ਹਾਂ ਗੁਰਪ੍ਰੀਤ ਜੀ ਚੋਣਾਂ ਦਾ ਦਿਨ ਜਿਉਂ ਤੋਂ ਨੇੜੇ ਆਈ ਜਾਣਾ ਹੈ ਦੋਸ਼ਣबाजी ਦਾ ਬਾਜ਼ਾਰ ਉਨਾ ਹੀ ਸਰਗਰਮ ਹੁੰਦਾ ਜਾਣਾ ਇਹ ਆਮ ਤੌਰ ਤੇ ਦੇਖਿਆ ਜਾਂਦਾ ਜਦੋਂ ਖਾਸ ਤੌਰ ਤੇ ਜਿਹੜੀਆਂ ਪਾਰਟੀਆਂ ਨੂੰ ਇਹ ਲੱਗਦਾ ਹੋਵੇ ਕਿ ਸਾਡੀ ਪੋਜੀਸ਼ਨ ਥੋੜੀ ਕਮਜ਼ੋਰ ਹੁੰਦੀ ਜਾਂਦੀ ਹੈ ਜਾਂ ਉਹ ਵਿਅਕਤੀ ਜਿਹੜੇ ਕਿ ਮਜ਼ਬੂਤ ਹੋ ਰਹੇ ਨੇ ਉਹਨਾਂ ਨੂੰ ਕਿਵੇਂ ਅਸੀਂ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਸਿੱਟੇ ਜਾਂ ਕਿਸ ਹਿਸਾਬ ਦਾ ਪ੍ਰਭਾਵ ਬਣਾਈਏ ਹੁਣ ਅਸੀਂ ਦੇਖਦੇ ਹਾਂ ਕਿ ਪਿਛਲੇ 2 ਦਿਨਾਂ ਤੋਂ ਕੰਟੀਨਿਊਸਲੀ ਸ਼ਰਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਖਾਸ ਤੌਰ ਤੇ ਸੁਖਵੀਰ ਸਿੰਘ ਬਾਦਲ ਹਰਸਿਮਰਤ ਕੌਰ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਇਹ ਤਿੰਨਾਂ ਨੇ ਹੀ ਆਪੋ ਆਪਣੇ ਭਾਸ਼ਣਾਂ ਦੇ ਵਿੱਚ ਅਜਿਹੇ ਦੋਸ਼ ਲਾਏ ਨੇ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਇਹ ਤਾਂ ਜੀ ਨਕਸਲਾਈਟਾਂ ਦੇ ਨਾਲ ਰਲ ਗਈ ਹੋਈ ਜਿਵੇਂ ਮਜੀਠੇ ਆ ਉਹਨਾਂ ਨੇ ਦੋਸ਼ ਲਾਇਆ ਕੋਈ ਕਹਿੰਦਾ ਜੀ ਇਹ ਅੱਤਵਾਦੀਆਂ ਦਾ ਬਹੁਤ ਵੱਡਾ ਗਰੁੱਪ ਆ ਜੀ ਅੱਤਵਾਦੀਆਂ ਨਾਲ ਮੀਟਿੰਗਾਂ ਕਰ ਰਹੇ ਨੇ ਅੱਤਵਾਦੀਆਂ ਦੀ ਹਾਲਾਤ ਇਹ ਜੇ ਪੈਦਾ ਕਰ ਰਹੇ ਨੇ ਦੂਜਾ ਸੁਖਵੀਰ ਸਿੰਘ ਬਾਦਲ ਨੇ ਤਾਂ ਇੱਥੋਂ ਤੱਕ ਵੀ ਕਿਹਾ ਕਿ ਹਾਂਜੀ ਕੇਜਰੀਵਾਲ ਮੌਕੇ ਦੇ ਵਿੱਚ ਇੱਕ ਅਤਵਾਦੀ ਦੇ ਘਰੇ ਰੁਕਿਆ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਰਿਪੋਰਟ ਵੀ ਕਰ ਦਿੱਤਾ ਦਿਲਜੀਤ ਸਿੰਘ ਚੀਮਾ ਰਿਪੋਰਟ ਕਰ ਰਿਹਾ ਹੈ ਇਲੈਕਸ਼ਨ ਕਮਿਸ਼ਨ ਦੇ ਕੋਲ ਰਿਪੋਰਟ ਕਰ ਰਿਹਾ ਹੈ ਜਦੋਂ ਕਿ ਸਾਰਿਆਂ ਨੂੰ ਪਤਾ ਕਿ ਇਹਨਾਂ ਗੱਲਾਂ ਦੇ ਪਿੱਛੇ ਕੋਈ ਸਬੂਤ ਨਹੀਂ ਹੈਗੇ ਕੋਈ ਅਸਲੀਅਤ ਨਹੀਂ ਹੈਗੀ ਸਿਰਫ ਇੱਕ ਪ੍ਰਚਾਰ ਦੇ ਰੂਪ ਦੇ ਵਿੱਚ ਇਹ ਗੱਲਾਂ ਕੀਤੀਆਂ ਜਾਂਦੀਆਂ ਨੇ ਇਸੇ ਰੂਪ ਦੇ ਵਿੱਚ ਜਦੋਂ ਤੋਂ ਮੈਂ ਦੇਖਿਆ ਕਿ ਭਾਜਪਾ ਦੇ ਜਿਹੜੇ ਵੱਡੇ ਲੀਡਰ ਨੇ ਇਵਨ ਸਾਡੇ ਪ੍ਰਧਾਨ ਮੰਤਰੀ ਵੀ ਜਦੋਂ ਉੱਥੇ ਗਏ ਕਿ ਪੰਜਾਬ ਇੱਕ ਬਹੁਤ ਸੈਂਸਿਟਿਵ ਸਟੇਟ ਹੈ ਦੀ ਸਕਿਉਰ ਜੇ ਤੁਸੀਂ ਹੋਰ ਪਾਰਟੀਆਂ ਨੂੰ ਲੈ ਕੇ ਆਂਦਾ ਆਮ ਆਦਮੀ ਪਾਰਟੀ ਵੱਲ ਇਸ਼ਾਰਾ ਸੀ ਉਹਨਾਂ ਦਾ ਫਿਰ ਅਮਿਤ ਸ਼ਰਮ ਵੀ ਕੁਝ ਇਸ ਤਰ੍ਹਾਂ ਦੇ ਬਿਆਨ ਲੁਧਿਆਣੇ ਦੇ ਵਿੱਚ ਦਿੱਤੇ ਕਿ ਆਮ ਆਦਮੀ ਪਾਰਟੀ ਨਾਲ ਇਹ ਸਿਕਿਉਰਿਟੀ ਸਟੇਟ ਹੈ ਜਾਂ ਸਿਮਰਤੀ ਹਰਾਨੀ ਵੀ ਇਸ ਤਰ੍ਹਾਂ ਦੇ ਬਿਆਨ ਦੇ ਰਹੀ ਹੈ ਪ੍ਰਚਾਰ ਕੀਤਾ ਸੀ ਉਹਨਾਂ ਨੇ ਦਲਜੀਤ ਸਿੰਘ ਚੀਮਾ ਦੇ ਹੱਕ ਦੇ ਵਿੱਚ ਉਹਨਾਂ ਦੇ ਬਿਆਨ ਵੀ ਇਸੇ ਤਰ੍ਹਾਂ ਨਾਲ ਮਿਲਦੇ ਜੁਲਦੇ ਨੇ ਤਾਂ ਇਹਨਾਂ ਨੂੰ ਫਿਰ ਫਾਲੋ ਕਰਨ ਲੱਗ ਜਾਂਦੇ ਨੇ ਕਾਂਗਰਸ ਪਾਰਟੀ ਦੇ ਮੈਂ ਦੇਖਿਆ ਅਮਰਿੰਦਰ ਸਿੰਘ ਨੇ ਇਹਨਾਂ ਨੂੰ ਫਾਲੋ ਕੀਤਾ ਫਿਰ ਮੈਂ ਬਹੁਤ ਸਾਰੇ ਕਿਤੇ ਤਰ੍ਹਾਂ ਚ ਦੇਖ ਰਿਹਾ ਕਿ ਜਿਹੜੀ ਪਹਿਲਾਂ ਦੋਸ਼ਣਵਾਦੀ ਆਮ ਆਦਮੀ ਪਾਰਟੀ ਦੇ ਅਗੇਂਸਟ ਸ਼੍ਰੋਮਣੀ ਅਕ ਉਸ ਨੂੰ ਅਮਰਿੰਦਰ ਸਿੰਘ ਫੋਲੋ ਕਰਦਾ ਹੈ ਪਤਾ ਨਹੀਂ ਇਹਦਾ ਕਾਰਨ ਕੀ ਹੈ ਕਿਉਂ ਫੋਲੋ ਕਰਦਾ ਹੈ ਤਾਂ ਉਹ ਉਹਨਾਂ ਨੇ ਵੀ ਇਹੀ ਦੋਸ਼ ਲਾਏ ਕਿ ਹਾਂਜੀ ਉਹ ਪਹਿਲਾਂ ਤਾਂ ਉਹੀ ਕਿ ਇਹ ਨਕਸ ਲਾਈਟ ਨੇ ਜੀ ਜਿਵੇਂ ਦਿੱਲੀ ਦੀਆਂ ਚੋਣਾਂ ਦੇ ਸਮੇਂ ਵੀ ਬੀਜੇਪੀ ਨੇ ਇਸ ਤਰ੍ਹਾਂ ਦੇ ਦੋਸ਼ ਲਾਏ ਸੀ ਆਮ ਆਦਮੀ ਪਾਰਟੀ ਤੇ ਇਹ ਤਾਂ ਨਕਸ ਲਾਈਟ ਨੇ ਜੀ ਨਕਸ ਲਾਈਟ ਨੇ ਇਹਨੂੰ ਇਥੋਂ ਕੱਢ ਦੇਣਾ ਚਾਹੀਦਾ ਬਾਹਰ ਚਲੇ ਜਾਣਾ ਚਾਹੀਦਾ ਉਹੀ ਦੋਸ਼ ਜਿਹੜੇ ਦਿੱਲੀ ਦੀ ਚੋਣ ਵੇਲੇ ਲੱਗੇ ਸੀ ਉਹ ਹੁਣ ਪੰਜਾਬ ਦੀ ਚੋਣ ਵਿੱਚ ਵੀ ਲੱਗ ਰਹੇ ਨੇ ਦਿੱਲੀ ਵਾਲੇ ਲੋਕਾਂ ਨੇ ਤਾਂ ਇਹਦੇ ਤੇ ਵਿਸ਼ਵਾਸ ਨਹੀਂ ਸੀ ਕੀਤਾ ਪੰਜਾਬ ਦੇ ਲੋਕ ਵੀ ਸ਼ਾਇਦ ਇਹਦੇ ਤੇ ਮੈਨੂੰ ਨਹੀਂ ਲੱਗਦਾ ਕਿ ਬਹੁਤਾ ਵਿਸ਼ਵਾਸ ਕਰਦੇ ਹੋਣਗੇ ਇੱਕ ਤਾਂ ਇਹ ਪੱਖੇ ਦੇ ਵਿੱਚ ਦੇਖਣ ਵਾਲਾ ਹੈ ਦੂਜਾ ਇੱਕ ਨਵਾਂ ਪ੍ਰਚਾਰ ਜਿਹੜਾ ਅੱਜ ਹੋਇਆ ਮੈਂ ਦੇਖਿਆ ਅਦਿੱਤਿਆ 나ਥ ਨੇ ਜੋ ਬੀਜੇਪੀ ਦੇ ਉਹ ਯੂਪੀ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਕਿ ਵੈਸਟਰਨ ਯੂਪੀ ਨੂੰ ਇੱਕ ਕਸ਼ਮੀਰ ਬਣਾ ਦਿੱਤਾ ਗਿਆ ਉਥੋਂ ਹਿੰਦੂਆਂ ਨੂੰ ਭਜਾਇਆ ਜਾ ਰਿਹਾ ਹੈ ਤੇ ਇਹ ਜਿਹੇ ਹਾਲਾਤ ਪੈਦਾ ਕਰ ਦਿੱਤੇ ਉਹਨਾਂ ਕਸ਼ਮੀਰ ਦੇ ਹਾਲਾਤ ਸਾਨੂੰ ਪਤਾ ਕਿ ਮਾੜੇ ਨੇ ਉੱਥੇ ਬਹੁਤ ਸਾਰਾ ਘਟਨਾਵਾਂ ਚੱਲਦੀਆਂ ਨੇ ਅਤਵਾਦੀ ਕਿਸਮ ਦੀਆਂ ਤੇ ਉਸੇ ਰੂਪ ਦੇ ਵਿੱਚ ਅਮਰਿੰਦਰ ਸਿੰਘ ਨੇ ਸ਼ਾਇਦ ਯੋਗੀ ਅਦਿੱਤਿਆ ਨਾਥ ਤੋਂ ਪ੍ਰਭਾਵ ਤੋਂ ਕਿ ਪੰਜਾਬ 'ਚ ਕੱਲ ਬਿਆਨ ਦੇ ਦਿੱਤਾ ਕਿ ਹਾਂ ਜੀ ਜਿਹੜੀ ਆਮ ਆਦਮੀ ਪਾਰਟੀ ਵਾਲੇ ਐ ਇਹ ਤਾਂ ਪੰਜਾਬ ਨੂੰ ਕਸ਼ਮੀਰ ਬਣਾ ਦੇਣਗੇ ਇਹਦਾ ਭਾਵ ਉਹਨਾਂ ਨੂੰ ਫੋਲੋ ਕਰ ਇਹਦਾ ਅਸਰ ਕੀ ਦੇਖੋ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਪ੍ਰੈਸ ਕਾਨਫਰੰਸ ਕਰਕੇ ਸਾਨੂੰ ਸਾਰਾ ਕੁਝ ਡਿਨਾਈ ਕਰ ਦਿੱਤਾ ਕਿ ਉਹ ਵਿਅਕਤੀ ਮੋਗੇ ਜੀ ਦੇ ਘਰੇ ਰਹੇ ਸੀ ਕਿ ਉਹਦੇ ਤੇ ਠੀਕ ਹੈ ਕਿਸੇ ਟਾਈਮ ਦੇ ਉੱਤੇ ਅਤਵਾਦ ਦੇ ਦੋਸ਼ ਲੱਗੇ ਸੀ ਦੋ ਵਾਰੀ ਅਦਾਲਤਾਂ ਨੂੰ ਬਰੀ ਕਰ ਚੁੱਕੀ ਹੈ ਅਤਵਾਦੀ ਕਿਵੇਂ ਹੋਇਆ ਦੂਜੀ ਗੱਲ ਕਿ ਉੱਥੇ ਪੁਲਿਸ ਵਾਲੇ ਵੀ ਰਹਿ ਰਹੇ ਨੇ ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਬੋਕਸ ਜੀਆਂ ਦਿਖਾਈ ਦੇਣ ਲੱਗ ਪਈਆਂ ਇੱਕ ਰੂਪ ਦੇ ਵਿੱਚ ਤੇ ਪੋਲੀਟੀਕਲੀ ਸਗੋਂ ਜੇ ਦੇਖੀਏ ਪੋਲੀਟੀਕਲੀ ਇਹਦੇ ਨਾਲ ਇੱਕ ਦੌੜ ਲੱਗੀ ਕਾਂਗਰਸ ਅਤੇ ਸ਼ਰਮਣੀ ਅਕਾਲੀ ਦਲ ਤੇ ਭਾਜਪਾ ਦੇ ਵਿੱਚ ਕਿ ਪੰਜਾਬ ਦੇ ਵਿੱਚ ਜਿਹੜੀ ਪੰਥਕ ਵੋਟ ਹੈ ਉਹ ਪਹਿਲਾਂ ਹੀ ਬਹੁ ਗਿਣਤੀ ਰੂਪ ਦੇ ਵਿੱਚ ਅਕਾਲੀ ਦਲ ਦੇ ਵਿਰੋਧ ਦੇ ਵਿੱਚ ਚੱਲ ਰਹੀ ਹੈ ਕਾਂਗਰਸ ਦੇ ਵਿਰੋਧ ਵਿੱਚ ਵੀ ਚੱਲ ਰਹੀ ਹੈ ਆਮ ਆਦਮੀ ਪਾਰਟੀ ਨੂੰ ਦਾ ਕੁਝ ਲਾਭ ਮਿਲਣ ਦੀਆਂ ਪੌਸਿਬਿਲਿਟੀਆਂ ਬਣੀਆਂ ਹੋਈਆਂ ਨੇ ਹੁਣ ਬਾਕੀ ਰਹਿ ਗਿਆ ਕਿ ਹਿੰਦੂ ਵੋਟ ਨੂੰ ਕਿਵੇਂ ਕੈਚ ਕਰਨਾ 38% ਵੋਟ ਹਿੰਦੂ ਹੈ ਪੰਜਾਬ ਦੇ ਵਿੱਚ ਜਦੋਂ ਇਹ ਇੱਕ ਡਰ ਮਾਹੌਲ ਪੈਦਾ ਕੀਤਾ ਜਾਂਦਾ ਕਿ ਨੈਸ਼ਨਲ ਸਕਿਉਰਿਟੀ ਨੂੰ ਖਤਰਾ ਪੰਜਾਬ ਦੀ ਸਕਿਉਰਿਟੀ ਨੂੰ ਖਤਰਾ ਪੰਜਾਬ ਚਾਤਵਾਦ ਪੈਦਾ ਹੋ ਸਕਦਾ ਇਸ ਤਰ੍ਹਾਂ ਦੀ ਇੱਕ ਦੋ ਘਟਨਾਵਾਂ ਹੋਈਆਂ ਵੀ ਕਿ ਜੇ ਲੁਧਿਆਣੇ ਚ ਇੱਕ ਬੰਮਾ ਧਮਾਕਾ ਹੋ ਗਿਆ ਲੁਧਿਆਣੇ ਚ ਇੱਕ ਕਤਲ ਹੋ ਗਿਆ ਤਾਂ ਉਹ ਕਮਿਊਨਿਟੀ ਨੂੰ ਡਰਾਉਣ ਦੇ ਲਈ ਕਿ ਉਹ 38% ਵੋਟ ਨੂੰ ਆਪਣੇ ਵੱਲ ਕਿਵੇਂ ਕੀਤਾ ਜਾਵੇ ਇਹ ਇੱਕ ਪੋਲਿਟਿਕਲ ਯਤਨ ਇਹ ਹੋ ਸਕਦਾ ਹੈ ਇਹਦੇ ਪਿੱਛੇ ਜਿਹੜਾ ਕੰਮ ਕਰਦਾ ਪਰ ਉਂਝ ਜੇ ਰਾਜਨੀਤਿਕ ਤੌਰ ਤੇ ਦੇਖੀਏ ਜਾਂ ਦਿੱਲੀ ਦੀ ਚੋਣ ਦਾ ਇਤਿਹਾਸ ਨੂੰ ਦੇਖੀਏ ਐਨ ਚੋਣਾਂ ਦੇ 2 ਜਾਂ 3 ਦਿਨ ਪਹਿਲਾਂ ਜਦੋਂ ਅਜਿਹੇ ਮਾਹੌਲ ਨੂੰ ਗਰਮਾਇਆ ਜਾਂਦਾ ਸਗੋਂ ਇਹਦਾ ਮੈਨੂੰ ਇਹ ਲੱਗਦਾ ਕਿ ਲਾਭ ਹੋਣ ਦੀ ਥਾਂ ਹਾਕਮ ਪਾਰਟੀ ਆ ਜਿਹੜੀ ਸ਼ਰਮਣੀ ਅਕਾਲੀ ਦਲ ਤੇ ਭਾਜਪਾ ਇਵਨ ਕਾਂਗਰਸ ਨੂੰ ਨੁਕਸਾਨ ਹੋ ਸਕਦਾ ਹੈ ਤੇ ਆਮ ਆਦਮੀ ਪਾਰਟੀ ਨੂੰ ਸਗੋਂ ਦੇ ਵਿੱਚੋਂ ਇਹ ਬੈਨੀਫਿਟ ਹੋ ਸਕਦਾ ਕਿ ਆਮ ਲੋਕ ਇਹ ਮਹਿਸੂਸ ਕਰ ਸਕਦੇ ਹੈ ਕਿ ਹਾਂ ਇਹਦੇ ਵਿੱਚ ਕਿੰਨੀ ਇੱਕ ਸੱਚਾਈ ਹੈ ਜਾਂ ਕਿੰਨੀ ਇੱਕ ਸੱਚਾਈ ਨਹੀਂ ਹੈ ਇਲੈਕਸ਼ਨ ਦੇ ਬਿਲਕੁਲ ਨੇੜੇ ਆ ਕੇ ਇਸ ਤਰ੍ਹਾਂ ਦੇ ਪ੍ਰਚਾਰ ਨੂੰ ਕਰਨਾ ਕਈ ਵਾਰੀ ਕਿਸੇ ਪਾਰਟੀ ਲਈ ਖਤਰਨਾਕ ਸਿੱਧ ਹੋ ਜਾਂਦਾ ਹੈ ਕਿਸੇ ਦੂਜੀ ਪਾਰਟੀ ਲਈ ਲਾਭਦਾਇਕ ਵੀ ਸਿੱਧ ਹੋ ਜਾਂਦਾ ਜੀ ਤੇ ਦੂਸਰੇ ਪਾਸੇ ਇੱਕ ਸਰਵੇ ਸਾਹਮਣੇ ਆਇਆ ਜਿਹਦੇ ਵਿੱਚ ਇੱਕ ਸਰਵੇ ਅਨੁਸਾਰ ਉਹ ਕਾਂਗਰਸ ਪਾਰਟੀ ਨੂੰ ਜਿਤਾ ਰਹੇ ਨੇ ਅਤੇ ਦੂਸਰੇ ਪਾਸੇ ਉਹ ਆਮ ਆਦਮੀ ਪਾਰਟੀ ਨੂੰ ਜਿਤਾ ਰਹੇ ਨੇ ਇਹਦੇ ਬਾਰੇ ਕੁਛ ਜਾਣਨਾ ਚਾਹਣਾ ਪਾ ਸਰਵੇ ਵੈਸੇ ਤਾਂ ਜਦੋਂ ਪਿਛਲੇ ਸਾਰਾ ਸੀ ਦੇਖਿਆ ਕਿ ਮੱਗੀ ਦੀ ਕਾਨਫਰੰਸ ਹੋਈਆਂ ਸੀਗੀਆਂ ਉਸ ਟਾਈਮ ਦੇ ਉੱਤੋਂ ਹੀ ਸਰਵੇ ਹੋਣੇ ਸ਼ੁਰੂ ਹੋ ਗਏ ਸੀ ਪਹਿਲਾਂ ਪਹਿਲਾਂ ਜਿੰਨੇ ਵੀ ਸਰਵੇ ਆਏ ਤਕਰੀਬਨ ਅਕਤੂਬਰ ਤੱਕ ਉਹ ਸਾਰੇ ਆਮ ਆਦਮੀ ਪਾਰਟੀ ਦੀ ਚੜ੍ਹਤ ਨੂੰ ਵਿਕਾਉਂਦੇ ਰਹੇ ਅਕਤੂਬਰ 2016 ਤੱਕ ਜੀ ਇਹਦੇ ਵਿੱਚ ਹੁਣ ਜਿਹੜੇ ਹੁਣ ਨਵੇਂ ਸਰਵੇ ਆ ਰਹੇ ਨੇ ਕਿਉਂਕਿ ਸਾਨੂੰ ਪਤਾ ਹੈ ਦੋ ਤਰ੍ਹਾਂ ਦੇ ਸਰਵੇ ਹੁੰਦੇ ਆ ਇੱਕ ਨੂੰ ਅਸੀਂ opinion poll ਕਹਿੰਦੇ ਆ ਇੱਕ ਨੂੰ exit poll ਕਹਿੰਦੇ ਆ ਓਪੀਨੀਅਨ ਪੋਲ ਉਹ ਹੁੰਦਾ ਹੈ ਜਿਹੜਾ ਕਿ ਚੋਣਾਂ ਤੋਂ ਪਹਿਲਾਂ ਹੁੰਦਾ ਲੋਕਾਂ ਦੀ ਓਪੀਨੀਅਨ ਲਈ ਜਾਂਦੀ ਹੈ ਕਿ ਤੁਹਾਨੂੰ ਕੀ ਲੱਗਦਾ ਕਿਹੜੀ ਪਾਰਟੀ ਜਿੱਤੇਗੀ ਐਗਜ਼ਿਟ ਪੋਲ ਉਹ ਹੁੰਦਾ ਹੈ ਜਿਹੜਾ ਕਿ ਵੋਟਾਂ ਪੈਣ ਤੋਂ ਬਾਅਦ ਹੁੰਦਾ ਜਦੋਂ ਵੋਟਰ ਵੋਟ ਪਾ ਕੇ ਐਗਜ਼ਿਟ ਕਰਦਾ ਨਿਕਲ ਰਿਹਾ ਹੁੰਦਾ ਫਿਰ ਉਹਨੂੰ ਪੁੱਛਿਆ ਜਾਂਦਾ ਕਿ ਤੂੰ ਵੋਟ ਕਿਹਨੂੰ ਪਾ ਕੇ ਆਏ ਹੁਣ ਭਾਰਤੀ ਚੋਣ ਕਮਿਸ਼ਨ ਨੇ ਪਰਸੋਂ ਕੀ ਕੀਤਾ ਕਿ ਐਗਜ਼ਿਟ ਪੋਲ ਦੇ ਉੱਤੇ ਅਤੇ ਓਪੀਨੀਅਨ ਪੋਲ ਤੇ ਕੁਝ ਰੋਕਾਂ ਲਾਈਆਂ ਨੇ 48 ਘੰਟੇ ਪਹਿਲਾਂ ਓਪੀਨੀਅਨ ਪੋਲ ਨਹੀਂ ਦਿੱਤਾ ਜਾ ਸਕਦਾ ਉਸ ਤੋਂ ਪਹਿਲਾਂ ਪਹਿਲਾਂ ਦਿੱਤਾ ਜਾ ਸਕਦਾ ਜਦੋਂ 48 ਘੰਟੇ ਰਹਿ ਗਏ ਤਾਂ ਓਪੀਨੀਅਨ ਪੋਲ ਨਹੀਂ ਆ ਸਕਦਾ ਫਿਰ ਜਦੋਂ ਵੋਟਾਂ ਪੈ ਗਈਆਂ ਹੁਣ 4 ਫਰਵਰੀ ਤੋਂ ਲੈ ਕੇ ਤਕਰੀਬਨ 8 ਫਰਵਰੀ ਤੱਕ ਕਿਉਂਕਿ ਬਾਕੀ ਸੂਬਿਆਂ ਦੀਆਂ ਵੋਟਾਂ ਨੇ ਜਿਹੜੀਆਂ 8 ਮਾਰਚ ਤੱਕ ਪੈਣੀਆਂ ਨੇ ਜੀ 4 ਫਰਵਰੀ ਤੋਂ 8 ਮਾਰਚ ਤੱਕ ਕੋਈ ਐਗਜ਼ਿਟ ਪੋਲ ਨਹੀਂ ਆ ਸਕਦਾ ਹਾਂ 8 ਮਾਰਚ ਨੂੰ ਸ਼ਾਮੀ ਜਦੋਂ ਵੋਟਾਂ ਪੈਣ ਦਾ ਟਾਈਮ ਖਤਮ ਹੋ ਜਾਊਗਾ ਉਸ ਤੋਂ ਬਾਅਦ ਫਿਰ ਐਗਜ਼ਿਟ ਪੋਲ ਆ ਸਕਦੇ ਨੇ ਜੀ ਡੂਟੀਗਲ ਜਿਹੜੇ ਹੁਣ ਇੱਕਦਮ ਆ ਰਹੇ ਨੇ ਅਸੀਂ ਦੇਖਿਆ ਕਿ 29 ਤਰੀਕ ਨੂੰ VDP ਐਸੋਸੀਏਟਸ ਸਾਡੇ ਨੇ ਜਿਨ੍ਹਾਂ ਨੇ ਪਹਿਲਾਂ ਵੀ ਦੋ ਓਪੀਨੀਅਨ ਪੋਲ ਦਿੱਤੇ ਸੀ 1 ਜੁਲਾਈ ਦੇ ਵਿੱਚ ਦਿੱਤਾ ਸੀ 1 ਅਕਤੂਬਰ 2016 ਚ ਦਿੱਤਾ ਸੀ ਉਹਨਾਂ ਦੋਨਾਂ ਪੋਲਾਂ ਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ 93 ਤੋਂ ਲੈ ਕੇ 100 ਸੀਟਾਂ ਤੱਕ ਜਿੱਤੇਗੀ ਜੀ ਉਦੋਂ ਬਾਅਦ ਇਹਨਾਂ ਨੇ ਕੋਈ ਓਪੀਨੀਅਨ ਪੋਲ ਨਹੀਂ ਕੀਤਾ ਹੁਣ 28 ਤਰੀਕ ਨੂੰ ਇੱਕ ਇਹਨਾਂ ਨੇ ਓਪੀਨੀਅਨ ਪੋਲ ਫੇਰ ਦਿੱਤਾ ਵੀਡੀਪੀ ਵਾਲਿਆਂ ਨੇ ਵੀਡੀਪੀ ਐਸੋਸੀਏਟਸ ਦੀ ਸਾਈਟ ਤੇ ਜਾਈਏ ਤਾਂ ਉਹਨਾਂ ਦਾ ਓਪੀਨੀਅਨ ਪੋਲ ਆ ਉਹ ਕਹਿੰਦੇ ਕਿ ਅਸੀਂ 23 ਜਨਵਰੀ ਤੋਂ ਲੈ ਕੇ 28 ਜਨਵਰੀ ਤੱਕ 5 ਦਿਨਾਂ ਦੇ ਵਿੱਚ 14 ਅਸੈਂਬਲੀ ਥਾਵਾਂ ਦੇ ਉੱਤੇ ਜਿਹੜੀ ਡਿਸਟ੍ਰਿਕਟ ਦੇ ਵਿੱਚ ਅਸੀਂ ਇਹ opinion poll ਕੀਤਾ ਇਹਨਾਂ ਨੂੰ ਪੂਰਾ ਵਿਰਵਾਹ ਦਿੱਤਾ ਉਹਦਾ ਉਹਦੇ ਅਨੁਸਾਰ ਕਿ ਆਮ ਆਦਮੀ ਪਾਰਟੀ 62 ਸੀਟਾਂ ਤੇ ਜਿੱਤ ਰਹੀ ਹੈ ਕਾਂਗਰਸ 44 ਸੀਟਾਂ ਦੇ ਜਿੱਤ ਰਹੀ ਹੈ ਅਤੇ ਜਿਹੜੇ ਸ਼ਰਮਣੀ ਅਕਾਲੀ ਦਲ ਤੇ ਭਾਜਪਾ ਵਾਲੇ 7 ਸੀਟਾਂ ਦੇ ਜਿੱਤ ਰਹੇ ਆ ਤੇ ਵੋਟ ਪਰਸੈਂਟ ਦੇ ਹਿਸਾਬ ਨਾਲ ਕੇ ਆਮ ਆਦਮੀ ਪਾਰਟੀ 35% ਤੇ ਕਾਂਗਰਸ 33% ਤੇ ਤੇ ਦੂਜੇ 26% ਤੇ ਸ਼ਰਮਣੀ ਅਕਾਲੀ ਦਲ ਅਤੇ ਬੀਜੇਪੀ ਵਾਲੇ ਖੜੇ ਨੇ ਉਦੋਂ 2 ਦਿਨ ਬਾਅਦ ਹੀ ਇੰਡੀਆ ਐਕਸੈਸ ਵਾਲਿਆਂ ਦਾ ਗਰੁੱਪ ਆਇਆ ਕਿ ਇੰਡੀਆ ਟੂਡੇ ਐਂਡ ਐਕਸੈਸ ਇਹ ਇਹਨੂੰ ਅਜ ਤੱਕ ਵਾਲੇ ਵੀ ਕਹਿ ਦਿੰਨੇ ਆਪਾਂ ਕਿ ਇਹਨਾਂ ਦੀਆਂ ਚਲੋ ਪੋਲੀਟੀਕਲ ਅਫੀਲੀਏਸ਼ਨ ਸਾਰੇ ਲੋਕਾਂ ਨੂੰ ਪਤਾ ਨੇ ਕਿ ਕਿਹੜੀ ਪਾਰਟੀ ਨਾਲ ਜੁੜੇ ਹੋਏ ਨੇ ਇਹਨਾਂ ਨੇ ਹੁਣੇ ਦਸੰਬਰ ਤੋਂ ਲੈ ਕੇ 1 ਦਸੰਬਰ ਚ ਕੀਤਾ ਉਹਦੇ ਚ ਇਹ ਕਹਿੰਦੇ ਕਿ ਕਾਂਗਰਸ ਅੱਗੇ ਆ ਹੁਣ ਸਿਰਫ ਦੋ ਦਿਨ ਬਾਅਦ ਜਿਹੜਾ ਇਹਨਾਂ ਨੇ ਕੀਤਾ ਇਹਨਾਂ ਨੇ ਸੇਮ ਨੂੰ ਉਲਟਾ ਦਿੱਤਾ ਜਿਹੜਾ ਵਿੜੀਪੀ ਵਾਲੇ ਦਾ ਸੀ ਜੀ ਇਹ ਕਹਿੰਦੇ ਕਿ ਕਾਂਗਰਸ ਪਾਰਟੀ 60 ਤੋਂ 61 ਸੀਟਾਂ ਲੈ ਜਾ ਰਹੀ ਹੈ ਆਮ ਆਦਮੀ ਪਾਰਟੀ 41 ਤੋਂ 44 ਲੈ ਜਾ ਰਹੀ ਹੈ ਅਤੇ ਜਿਹੜਾ ਦੂਜਾ ਸ਼ਰਮਣੀ ਅਕਾਲੀ ਗੱਲ ਦਾ ਗੱਠਜੋੜ ਹੈ ਉਹ 11 ਤੋਂ 15 ਸੀਟਾਂ ਲੈ ਜਾ ਰਿਹਾ ਹੈ ਤਾਂ ਇਸ ਭਾਵ ਉਹਦੇ ਉਲਟ ਦੇ ਵਿੱਚ ਹੀ ਆ ਗਿਆ ਹੈ ਨਾ ਤੇ এবিপি ਵਾਲਿਆਂ ਨੇ ਥੋੜਾ ਜਿਨ ਪਹਿਲਾਂ ਕੀਤਾ ਸੀ ਉਹ ਉਹ ਅਕਾਲੀ ਦਲ ਨੂੰ 50 ਤੋਂ 58 ਸੀਟਾਂ ਦੇਂਦੇ ਸੀ ਤੇ ਆਮ ਆਦਮੀ ਪਾਰਟੀ ਨੂੰ 11 ਤੋਂ ਲੈ ਕੇ 12 ਤੋਂ ਲੈ ਕੇ 18 ਤੱਕ ਸੀਟਾਂ ਦੇਂਦੇ ਸੀ ਇਹਦਾ ਭਾਵ ਇਹ ਸਾਰੀ ਇੱਕ ਕਨਫਿਊਜ਼ਨ ਕ੍ਰੀਏਟ ਕਰਨ ਦੀ ਗੱਲ ਹੁੰਦੀ ਹੈ ਕਿਹੜਾ ਇਹਨਾਂ ਚੋਂ ਅਸਲੀ ਹੈ ਕਿਹੜਾ ਨਕਲੀ ਹੈ ਤਾਂ ਜੋ ਲੋਕਾਂ ਨੂੰ ਪਤਾ ਹੀ ਨਾ ਲੱਗ ਸਕੇ ਜੇ ਕਿਸੇ ਦਾ ਕੋਈ ਅਸਲੀ ਵੀ ਹੋਵੇ ਨਾਲ ਹੀ ਦੂਜਾ ਆ ਜਾਂਦਾ ਤਾਂ ਜੋ ਲੋਕ ਇੱਕ ਭੰਬਲ ਪੂਸੇ ਚ ਪੈ ਜਾਣ ਉਹਨਾਂ ਨੂੰ ਪਤਾ ਹੀ ਨਾ ਲੱਗੇ ਕੀ ਅਸਲੀਅਤ ਕੀ ਹੈ ਜਾਂ ਸਰਵੇ ਕੀ ਨੇ ਭਾਵ ਲੋਕਾਂ ਦਾ ਸਰਵੇਆਂ ਤੋਂ ਵਿਸ਼ਵਾਸ ਉਠਾਉਣ ਦੇ ਲਈ ਕੁਝ ਜੇ ਅਸਲੀ ਵੀ ਹੁੰਦੇ ਨੇ ਨਾਲ ਦੀ ਨਾਲ ਹੀ ਦੂਜੇ ਆ ਜਾਂਦੇ ਨੇ ਢੇੜ ਕਹਿ ਸਕਦੇ ਆ ਪਰ ਇਹਨਾਂ ਨੂੰ ਨਕਲੀ ਵੀ ਆ ਜਾਂਦੇ ਨੇ ਤਾਂ ਪੇ ਜਾਂ ਜੋ ਲੋਕਾਂ 'ਚ ਕਨਫਿਊਜ਼ਨ ਬਣੀ ਰਹੇ ਇਸ ਤਰ੍ਹਾਂ ਦੀ ਤਾਂ ਸਰਵੇਆਂ ਦੇ ਉੱਤੇ ਬਹੁਤਾ ਵਿਸ਼ਵਾਸ ਫਿਲਹਾਲ ਲੋਕ ਨਹੀਂ ਕਰ ਰਹੇ ਮੈਂ ਮਹਿਸੂਸ ਕਰ ਰਹੇ ਹਾਂ ਅਸਲੀਅਤ ਕੀ ਹੈ ਉਹ ਦੋ ਦਿਨਾਂ ਦੇ ਵਿੱਚ ਜਿਹੜੇ ਉੱਥੋਂ ਦੇ ਜਰਨਲਿਸਟ ਰਹੇ ਜਾਂ ਉੱਥੋਂ ਦੇ ਲੋਕ ਨੇ ਉਹਨਾਂ ਅਨੁਸਾਰ ਹੀ ਸਾਹਮਣੇ ਆ ਜਾਂਦੀ ਹੁੰਦੀ ਹੈ ਤੇ ਇਸ ਦੇ ਨਾਲ ਹੀ ਜਿਹੜੇ ਸੁਖਬੀਰ ਸਿੰਘ ਬਾਦਲ ਦਾ ਹਲਕਾ ਜਲਾਲਾਬਾਦ ਉਹ ਕਾਫੀ ਪਖਿਆ ਹੋਇਆ ਵਿਸ਼ਾ ਹੈ ਅੱਜਕੱਲ ਤੇ ਉਹਦਾ ਪੰਜਾਬ ਦੀਆਂ ਚੋਣਾਂ ਤੇ ਜਾਂ ਅਕਾਲੀ ਦਲ ਤੇ ਕੀ ਪ੍ਰਭਾਵ ਹੋ ਸਕਦਾ ਹੈ हां गुरप्रीत ए बहुत ही बड़ी बात मैं महसूस कर रहा हूं कि दो तीन हलके ने जिन्ना ਦੇ ਉੱਤੇ ਇਸ ਵੇਲੇ ਸਮੁੱਚੇ ਮੀਡੀਆ ਨੇ ਬਹੁਤ ਹੀ ਨਿਗਾ ਰੱਖੀ ਹੋਈ ਹੈ ਇੱਕ ਜਲਾਲਾਬਾਦ ਹੈ ਇੱਕ ਲੰਬੀ ਹੈ ਇੱਕ ਪਟਿਆਲਾ ਇਹ ਤਿੰਨ ਮੇਜਰ ਨੇ ਇੱਕ ਮਜੀਠਾ ਕਿ ਇਹਨਾਂ ਚਾਰਾਂ ਦੇ ਉੱਤੇ ਬਹੁਤ ਹੀ ਨਿਗਾ ਚੱਲ ਰਹੀ ਹੈ ਜਾਂ ਮੈਂ ਦੇਖ ਰਿਹਾ ਹਾਂ ਅਖਬਾਰਾਂ ਦੇ ਵਿੱਚ ਜਿਹੜੀਆਂ ਨਿਊਜ਼ ਆ ਰਹੀਆਂ ਨੇ ਇਹਨਾਂ ਚਾਰਾਂ ਦੇ ਨਾਲ ਰਿਲੇਟਡ ਬਹੁਤੀਆਂ ਆ ਰਹੀਆਂ ਨੇ ਉਹ ਜਲਾਲਾਬਾਦ ਹਲਕੇ ਨੂੰ ਇਸ ਕਰਕੇ ਬਹੁਤਾਂ ਮਹੱਤਵਪੂਰਨ ਲਿਆ ਜਾਂਦਾ ਹੈ ਕਿ ਜੋ ਇਸ ਇਲੈਕਸ਼ਨ ਦੇ ਵਿੱਚ ਮੇਨ ਧਿਰ ਬਣ ਕੇ ਉੱਭ ਰਹੀ ਗੱਲ ਹੈ ਉਹ ਸੁਖਵੀਰ ਸਿੰਘ ਬਾਦਲ ਹੈ ਜੀ ਸੁਖਵੀਰ ਸਿੰਘ ਬਾਦਲ ਭਾਵੇਂ ਡਿਪਟੀ ਮੁੱਖ ਮੰਤਰੀ ਸੀ ਪੰਜਾਬ ਦੇ ਵਿੱਚ ਪਰ ਪੰਜਾਬ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਜਾਂ ਹੋਇਆ ਉਹਦੇ ਪਿੱਛੇ ਸੁਖਵੀਰ ਸਿੰਘ ਬਾਦਲ ਦੀ ਰਾਜਨੀਤੀ ਉਹਦੀ ਮਾਈਕਰੋ ਮੈਨੇਜਮੈਂਟ ਨੂੰ ਸਮਝਿਆ ਜਾਂਦਾ ਕਿ ਉਹੀ ਕਰ ਰਿਹਾ ਜਿਹੜਾ ਕੁਝ ਕਰ ਰਿਹਾ ਹੈ ਜੇ ਪੰਜਾਬ ਦੇ ਵਿੱਚ ਬਦਮਨੀ ਹੈ ਅਮਨ ਕਾਨੂੰਨ ਦੀ ਸਥਿਤੀ ਦੇ ਮਾੜੇ ਪ੍ਰਭਾਵ ਨੇ ਗੈਂਗਵਾੜਾ ਜਾਂ ਕੋਈ ਚੋਰ ਨੇ ਇਹਦੇ ਲਈ ਵੀ ਸੁਖਵੀਰ ਸਿੰਘ ਬਾਦਲ ਨੂੰ ਲੋਕ ਜ਼ਿੰਮੇਵਾਰ ਮੰਨ ਰਹੇ ਨੇ ਕਿਉਂਕਿ ਉਹ ਡਿਪਟੀ ਮੁੱਖ ਮੰਤਰੀ ਦੇ ਨਾਲ ਹੋਮ ਮਿਨਿਸਟਰ ਵੀ ਸੀ ਪੁਲਿਸ ਉਹਦੇ ਅੰਡਰ ਸੀ ਜੇ ਕੋਈ ਧੱਕੇਸ਼ਾਹੀ ਹੋਈ ਤਾਂ ਵੀ ਉਹਨੂੰ ਜ਼ਿੰਮੇਵਾਰ ਮੰਨਦੇ ਨੇ ਜੇ ਲੈਵਲ ਥੱਲੇ ਤੱਕ ਉਹਨੇ ਆਰਗੇਨਾਈਜੇਸ਼ਨ ਨੂੰ ਸਟਰੋਂਗ ਕੀਤਾ ਮਾਈਕਰੋ ਮੈਨੇਜਮੈਂਟ ਕੀਤੀ ਚੋਣਾਂ ਜਿੱਤਣ ਦਾ ਉਹਨੇ ਬਹੁਤ ਸਾਰੀਆਂ ਚੋਣਾਂ ਜਿੱਤੀਆਂ ਵੀ ਇਹਦੇ ਲਈ ਵੀ ਉਹ ਸੁਖਵੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਮੰਨ ਰਹੇ ਨੇ ਇਸ ਲਈ ਹੁਣ ਵੀ ਜੇ ਸੁਖਵੀਰ ਸਿੰਘ ਬਾਦਲ ਦੀ ਜਿੱਤ ਜਾਂ ਹਾਰ ਦੀ ਗੱਲ ਚੱਲਦੀ ਹੈ ਤਾਂ ਉਹਦਾ ਅਸਰ ਸਮੁੱਚੇ ਅਕਾਲੀ ਦਲ ਦੇ ਉੱਤੇ ਪੈਂਦਾ ਜੇ ਉਹ ਕਿਹਾ ਜਾਂਦਾ ਕਿ ਸੁਖਵੀਰ ਸਿੰਘ ਬਾਦਲ ਤਾਂ ਵੱਡੇ ਮਾਰਜਿਨ ਨਾਲ ਜਿੱਤ ਰਿਹਾ ਸਾਰੇ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਹਲਾਸ਼ੇਰੀ ਮਿਲ ਜਾਂਦੀ ਹੈ ਅਕਾਲੀ ਦਲ ਥੋੜਾ ਜਿਹਾ ਅਪਬੀਟ ਹੋ ਜਾਂਦਾ ਜੇ ਹੁਣ ਇਹ ਪ੍ਰਚਾਰ ਹੋ ਰਿਹਾ ਕਿ ਸੁਖਵੀਰ ਸਿੰਘ ਬਾਦਲ ਤਾਂ ਹਾਰ ਰਿਹਾ ਹੁਣ ਤੱਕ ਦਾ ਮੀਡੀਆ ਦਾ ਜਿਹੜਾ ਬਹੁਤ ਪ੍ਰਚਾਰ ਇਸ ਤਰ੍ਹਾਂ ਦਾ ਚੱਲ ਰਿਹਾ ਹੈ ਕਿ ਸੁਖਵੀਰ ਸਿੰਘ ਬਾਦਲ ਆਉਦੀ ਸੀਟ ਹਾਰ ਰਿਹਾ ਜੀ ਤ ਇਹਦਾ ਅਸਰ ਹੈ ਜਿਹੜਾ ਸਮੁੱਚੇ ਅਕਾਲੀ ਦਲ ਦੀ ਪਰਫਾਰਮੈਂਸ ਦੇ ਉੱਤੇ ਪੰਜਾਬ ਦੇ ਵਿੱਚ ਪੈ ਰਿਹਾ ਹੈ ਜੇ ਅਸੀਂ ਇਹਨੂੰ ਵੈਸੇ ਥੋੜਾ ਹਿਸਟੋਰੀਕਲੀ ਦੇਖੀਏ ਕਿ 2012 ਦੀ ਇਲੈਕਸ਼ਨ ਦੇ ਵਿੱਚ ਸਖਬੀਰ ਸਿੰਘ ਬਾਦਲ ਸਾਰੇ ਪੰਜਾਬ ਦੇ ਵਿੱਚੋਂ ਵੱਧੇ ਵੱਡੇ ਮਾਰਜਨ ਦੇ ਨਾਲ ਉੱਥੋਂ ਜਿੱਤਿਆ ਸੀ 50000 ਵੋਟਾਂ ਦੇ ਫਰਕ ਨਾਲ ਸਖਬੀਰ ਸਿੰਘ ਬਾਦਲ ਨੇ ਜਿੱਤ ਪ੍ਰਾਪਤ ਕੀਤੀ ਸੀ ਜਿਹੜੀ ਕਿ ਬਹੁਤ ਵੱਡੀ ਸੀ ਉਸ ਟਾਈਮ ਦੇ ਉੱਤੇ ਉਂਝ ਪਰ ਉਦੋਂ ਸ਼ੇਰ ਸਿੰਘ ਖਭਾਇਆ ਜਿਹੜਾ ਕਿ ਇੱਕ ਰਾਏਸ ਇੱਕ ਕਮਿਊਨਿਟੀ ਨਾਲ ਸੰਬੰਧ ਰੱਖਦਾ ਹੈ ਉਹ ਉਹਦੀ ਵੱਡੀ ਸਪੋਰਟ ਦੇ ਉੱਤੇ ਸੀ ਉਹ ਐਮਪੀ ਬਣਿਆ ਉੱਥੇ ਪਹਿਲਾਂ ਇੱਕ ਪਹਿਲੀ ਇਲੈਕਸ਼ਨ ਚ ਉਹਨੇ ਆਪਣੀ ਸੀਟ ਵੀ ਖਾਲੀ ਕੀਤੀ ਸੀ ਇਹ ਇਹਦੇ ਸੁਖਵੀਰ ਸਿੰਘ ਬਾਦਲ ਦੇ ਲਈ ਚੰਗੇ ਸਬੰਧ ਸੀ ਉਹਨਾਂ ਦੇ ਪਰ ਹੁਣ ਦੋਨਾਂ ਦੇ ਸਬੰਧ ਵਿਗੜ ਚੁੱਕੇ ਹੋਏ ਨੇ ਇੱਕ ਤਾਂ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਉਹ ਸ਼ੇਰ ਸਿੰਘ ਖਾਇਆ ਜਿਹਦਾ ਉੱਥੇ ਕਾਫੀ ਆਧਾਰ ਹੈ ਹੁਣ ਉਹ ਭਾਵੇਂ ਐਮਪੀ ਅਕਾਲੀ ਦਲ ਦਾ ਹੀ ਹੈ ਪਰ ਉਹ ਅਕਾਲੀ ਦਲ ਦੀ ਸਪੋਰਟ ਨਹੀਂ ਕਰ ਰਿਹਾ ਉਹ ਕਾਂਗਰਸ ਉਹਦਾ ਬੇਟਾ ਇਹਨੂੰ ਕਾਂਗਰਸ ਨੇ ਟਿਕਟ ਦਿੱਤੀ ਉਹਦਾ ਪਰਿਵਾਰ ਕਾਂਗਰਸ ਚ ਰਲਿਆ ਤੇ ਉਹ ਕਹਿਣ ਨੂੰ ਕਾਂਗਰਸ ਦੀ ਸਪੋਰਟ ਕਰ ਰਿਹਾ ਪਰ ਜਦੋਂ ਦੀ ਉਹਦੇ ਵਿਰੁੱਧ ਇੱਕ ਸੈਕਸ ਵੀਡੀ ਦੇ ਦਿਨਾਂ ਦੇ ਵਿੱਚ ਉਸ ਤੋਂ ਬਾਅਦ ਉਥੋਂ ਰਿਪੋਰਟਾਂ ਵੀ ਆ ਰਹੀਆਂ ਕਿ ਕਹਿਣ ਨੂੰ ਭਾਵੇਂ ਉਹ ਕਾਂਗਰਸ ਦੀ ਹਮਾਇਤ ਕਰ ਰਿਹਾ ਹੈ ਪਰ ਅੰਦਰ ਖਾਤੇ ਉਹ ਸੁਖਵੀਰ ਸਿੰਘ ਬਾਦਲ ਨੂੰ ਹਰਾਉਣ ਦੇ ਖੇਤਰ ਦੇ ਵਿੱਚ ਰੁੱਝਿਆ ਹੋਇਆ ਹੈ ਜੀ ਇਹਦਾ ਭਾਵ ਕਹਿਣ ਨੂੰ ਉਹ ਕਾਂਗਰਸ ਦੀ ਸਪੋਰਟ ਕਰੇਗਾ ਪਰ ਹੋ ਸਕਦਾ ਹੈ ਅੰਦਰ ਖਾਤੇ ਜਿਹੜੇ ਉਹਦੇ ਵੋਟਰ ਨੇ ਉਹਨੇ ਕਿਹਾ ਹੋਵੇ ਕਿ ਨਹੀਂ ਸੁਖਵੀਰ ਸਿੰਘ ਬਾਦਲ ਨੂੰ ਹਰਾਉਣਾ ਜਿਹੜਾ ਵੀ ਤੁਹਾਨੂੰ ਜਿੱਤ ਰਿਹਾ ਕੈਂਡੀਡੇਟ ਲੱਗਦਾ ਹੈ ਤਾਂ ਉਹਨੂੰ ਵੋਟਾਂ ਪਾ ਦਿੱਤੀਆਂ ਜਾਂ ਹੁਣ ਜਿੱਥੋਂ ਤੱਕ ਮੀਡੀਆ ਦੀਆਂ ਰਿਪੋਰਟਸ ਆ ਰਹੀਆਂ ਨੇ ਕਿ ਉਸ ਹਲਕੇ ਦੇ ਵਿੱਚ 60000 ਰੈ ਸਿੱਖ ਵੋਟ ਹੈ ਜੀ ਜਿਹੜੇ ਕਿ ਮੋਸਟਲੀ ਸ਼ਰਾਬ ਦਾ ਧੰਦਾ ਕਰਦੇ ਨੇ ਪੁਰਾਣੇ ਸਮਿਆਂ ਤੋਂ ਕਰਦੇ ਨੇ ਨਵਾਬਾਂ ਨੂੰ ਵੀ ਸ਼ਰਾਬ ਕੱਢ ਕੇ ਦਿਆ ਕਰਦੇ ਸੀ ਉਹ ਤਾਂ ਉਹ ਜਿਹੜੀ ਕਮਿਊਨਿਟੀ ਹੈ ਉਹ ਬਹੁਤੀ ਭਗਵੰਤਮਾਨ ਦੇ ਨਾਲ ਖੜੀ ਹੈ ਤਾਂ ਅੰਦਰ ਖਾਤੇ ਪੌਸਿਬਿਲਟੀ ਹੈ ਕਿ ਸ਼ੇਰ ਸਿੰਘ ਖਾਇਆ ਦੇ ਜਿਹੜੇ ਥੱਲੇ ਵਾਲਾ ਵਰਕਰ ਨੇ ਉਹ ਸਿਰਫ ਸੁਖਵੀਰ ਨੂੰ ਹਰਾਉਣ ਦੇ ਲਈ ਭਗਵੰਤਮਾਨ ਨੂੰ ਵੋਟਾਂ ਪਵਾ ਦੇਣ ਇਹ ਅਜਿਹੀ ਪੌਸਿਬਿਲਟੀ ਵੀ ਉੱਥੇ ਕੋਈ ਦਿਖਾਈ ਦੇ ਰਹੀ ਹੈ ਤੇ ਜੇ ਉੱਥੋਂ ਸੁਖਵੀਰ ਸਿੰਘ ਬਾਦਲ ਹਾਰ ਜਾਂਦਾ ਤਾਂ ਇਹਦਾ ਭਾਵੇਂ ਹੋਊਗਾ ਕਿ ਸਬੂਚੇ ਮਾਲਵੇ ਬੈਲਟ ਦੇ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਨੂੰ 2-4 ਜਾਂ 5 ਸੀਟਾਂ ਤੋਂ ਵੱਧ ਸ਼ਾਇਦ ਨਾ ਆਉਣ ਫਿਰ ਅਜਿਹੀ ਪੋਜੀਸ਼ਨ ਬਣ ਸਕਦੀ ਹੈ ਕਿ ਜੇ ਉਹ ਹਾਰ ਸਕਦਾ ਹੈ ਤਾਂ ਬਾਕੀ ਵੀ ਹਾਰ ਸਕਦਾ ਹੈ ਇਸ ਤਰ੍ਹਾਂ ਦੀਆਂ ਪੋਜੀਸ਼ਨ ਜਿਉਂਥੇ ਬਣਦੀਆਂ ਦਿਖਾਈ ਦੇ ਰਹੀਆਂ ਨੇ ਉਹਦਾ ਪ੍ਰਭਾਵ ਬਹੁਤ ਹੈ ਜਿਹੜਾ ਕਿ ਇਸ ਤਰ੍ਹਾਂ ਜਲਾਲਾਬਾਦ ਦੀ ਕੰਸਟੀਟੂਐਂਸੀ ਦੇ ਵਿੱਚ ਪੂਰੀ ਨਿਗਾਹ ਸਾਰਿਆਂ ਦੀ ਟਿਕੀ ਹੋਈ ਹੈ ਭਗਵੰਤ ਮਾਨ ਕਿਉਂਕਿ ਉਹਥੇ 2-3 ਮਹੀਨੇ ਤੋਂ ਪ੍ਰਚਾਰ ਕਰ ਰਿਹਾ ਹੈ ਤੇ ਉਹ ਜੇ ਉਧਰ ਉਧਰ ਜਾਂਦਾ ਵੀ ਹੈ ਪ੍ਰਚਾਰ ਕਰਨ ਦੂਜੇ ਤੀਜੇ ਦਿਨ ਫਿਰ ਆਪਦੀ ਕੰਸਟਿਟੈਂਸੀ ਚ ਆ ਜਾਂਦਾ ਕਦੇ ਰੋਡ ਸ਼ੋਅ ਕਰਦਾ ਕਦੇ ਨੁਕੜ ਮੀਟਿੰਗਾਂ ਕਰਦਾ ਕਦੇ ਕੁਝ ਕਰਦਾ ਤੇ ਇੱਕ ਪਪੂਲਰ ਲੀਡਰ ਦੇ ਤੌਰ ਤੇ ਪਿਛਲੇ ਦਿਨਾਂ ਦੇ ਵਿੱਚ ਉਹ ਉੱਭਰੇ ਵੀ ਹੈ बावजूड ਇਸਤੇ ਕਿ ਉਸਦੇ ਤੇ ਬਹੁਤ سارے ਦੋਸ਼ ਸ਼ਰਾਬ ਵਗੈਰਾ ਤੇ ਲੱਗ ਰਿਹਾ ਜਾ ਰਿਹਾ ਹੈ ਹੁਣ ਵੀ ਲੱਗੇ ਜਾ ਰਹੇ ਨੇ ਪਰ ਲੋਕ ਫਿਰ ਵੀ ਉਹਦੇ ਹੱਕ ਦੇ ਵਿੱਚ ਭੂਤਨ ਦੀਆਂ ਤਿਆਰੀਆਂ ਕਾਫੀ ਹੱਦ ਤੱਕ ਕਰੀ ਬੈਠੇ ਨੇ ਸੋ ਜਲਾਲਾਬਾਦ ਦੀ ਸੀਟ ਦਾ ਨਤੀਜਾ ਅਕਾਲੀਆਂ ਲਈ ਬੜਾ ਭਾਰੀ ਪੈ ਸਕਦਾ ਹੈ ਤੇ ਫਿਊਚਰ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਅਤੇ ਉਹਦੀ ਰਾਜਨੀਤੀ ਵਿੱਚ ਹੋਉਂਦ ਤੇ ਉਤੇ ਵੀ ਅਸਰ ਪਾਏਗਾ ਜੀ ਜੀ ਤੇ ਇਸ ਦੇ ਨਾਲ ਹੀ ਅੱਜ ਦੇ ਇਸ ਸੈਗਮੈਂਟ ਦਾ ਸਮਾਪਤ ਹੁੰਦਾ ਹੈ ਕੱਲ ਨੂੰ ਫਿਰ ਅਸੀਂ ਇੱਕ ਵਾਰੀ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਦੋਂ ਤੱਕ ਆਗਿਆ ਦਿਓ ਜੀ ਧੰਨਵਾਦ ਧੰਨਵਾਦ ਡਾਕਟਰ ਸਾਹਿਬ ਜੀ